ਭਾਰਤ ਵਿੱਚ ਬਹੁਤ ਸਾਰੇ ਪੁਰਾਤਨ ਮੰਦਿਰ ਮੌਜੂਦ ਨੇ। ਉਹਨਾਂ ਸਾਰਿਆਂ ਦੀ ਆਪਣੀ ਆਪਣੀ ਖਾਸੀਅਤ ਹੈ। ਹੁਣ ਤੱਕ ਤੁਸੀਂ ਬਹੁਤ ਸਾਰੇ ਸ਼ਿਵ ਮੰਦਿਰਾਂ ਦੀ ਮਹੱਤਤਾ ਬਾਰੇ ਸੁਣਿਆ ਤੇ ਪੜਿਆ ਹੋਵੇਗਾ। ਤੁਹਾਡੇ ਵਿੱਚ ਬਹੁਤ ਸਾਰੇ ਲੋਕਾਂ ਨੇ ਮੰਦਿਰਾਂ ਵਿੱਚ ਸ਼ਿਵਲਿੰਗ ਅਤੇ ਭਗਵਾਨ ਸ਼ਿਵ ਦੀ ਮੂਰਤੀ ਜ਼ਰੂਰ ਦੇਖੀ ਹੋਵੇਗੀ। ਪਰ ਅੱਜ ਅਸੀਂ ਤੁਹਾਨੂੰ ਭਗਵਾਨ ਭੋਲੇਨਾਥ ਦੇ ਉਸ ਮੰਦਿਰ ਬਾਰੇ ਦੱਸਦੇ ਹਾਂ ਜਿੱਥੇ ਭਗਵਾਨ ਸ਼ਿਵ ਦੇ ਅੰਗੂਠੇ ਦੀ ਪੂਜਾ ਕੀਤੀ ਜਾਂਦੀ ਹੈ। ਕੀ ਤੁਸੀਂ ਇਸ ਬਾਰੇ ਪਹਿਲਾਂ ਕਦੇ ਪੜ੍ਹਿਆ? ਜੇ ਨਹੀਂ ਤਾਂ ਆਓ ਅਸੀਂ ਤੁਹਾਨੂੰ ਐਸੇ ਮੰਦਿਰ ਬਾਰੇ ਦੱਸਦੇ ਹਾਂ ਕਿ ਇਹ ਮੰਦਿਰ ਕਿਹੜਾ ਤੇ ਕਿੱਥੇ ਸਥਾਪਿਤ ਕੀਤਾ ਗਿਆ। ਨਾਲ ਹੀ ਭਗਵਾਨ ਸ਼ਿਵ ਦੇ ਅੰਗੂਠੇ ਦੀ ਪੂਜਾ ਦੇ ਪਿੱਛੇ ਕੀ ਕਥਾ ਹੈ ਉਹ ਤੁਹਾਨੂੰ ਅਸੀਂ ਹੁਣ ਦੱਸਣ ਵਾਲੇ ਹਾਂ। ਮਾਊਂਟ ਆਬੂ ਦੇ ਅਚਲੇਸ਼ਵਰ ਮਹਾਦੇਵ ਮੰਦਿਰ ਵਿੱਚ ਭਗਵਾਨ ਸ਼ਿਵ ਦੇ ਸੱਜੇ ਅੰਗੂਠੇ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮੰਦਿਰ ਅਚਲਗੜ੍ਹ ਦੀਆਂ ਪਹਾੜੀਆਂ ਵਿੱਚ ਸਥਿਤ ਹੈ। ਮਾਊਂਟ ਆਬੂ ਤੋਂ ਲਗਭਗ 11 ਕਿਲੋਮੀਟਰ ਉੱਤਰ ਵੱਲ ਇਹ ਪਹਿਲਾ ਸਥਾਨ ਹੈ ਜਿੱਥੇ ਭਗਵਾਨ ਸ਼ਿਵ ਜਾਂ ਸ਼ਿਵਲਿੰਗ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ, ਬਲਕਿ ਉਸਦੇ ਅੰਗੂਠੇ ਦੀ ਪੂਜਾ ਕੀਤੀ ਜਾਂਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇੱਥੋਂ ਦੇ ਵਿਸ਼ਾਲ ਪਹਾੜ ਸਿਰਫ ਭਗਵਾਨ ਸ਼ਿਵ ਦੇ ਅੰਗੂਠੇ ਦੇ ਕਾਰਨ ਹੀ ਕਾਇਮ ਨੇ। ਜੇ ਇਹ ਸ਼ਿਵ ਦਾ ਅੰਗੂਠਾ ਨਾ ਹੁੰਦਾ ਤਾਂ ਇਹ ਪਹਾੜ ਕਦੋਂ ਦੇ ਤਬਾਹ ਹੋ ਜਾਂਦੇ। ਭਗਵਾਨ ਸ਼ਿਵ ਦੇ ਅੰਗੂਠੇ ਦੀ ਪੂਜਾ ਕਰਨ ਦੇ ਪਿੱਛੇ ਕੀ ਕਥਾ ਹੈ ਆਓ ਤੁਹਾਨੂੰ ਦੱਸਦੇ ਹਾਂ। ਹਰ ਪੁਰਾਤਨ ਮੰਦਿਰ ਦੀ ਆਪਣੀ ਇੱਕ ਕਥਾ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਮਾਊਂਟ ਆਬੂ ਦੇ ਅਜਲੇਸ਼ਵਰ ਮੰਦਿਰ ਵਿੱਚ ਭਗਵਾਨ ਸ਼ਿਵ ਦੇ ਅੰਗੂਠੇ ਦੀ ਪੂਜਾ ਦੇ ਪਿੱਛੇ ਵੀ ਇੱਕ ਕਥਾ ਕਹਾਣੀ ਹੈ। ਇਸ ਦੇ ਅਨੁਸਾਰ ਇੱਕ ਵਾਰ ਅਰਬੜ ਪਹਾੜ ਉੱਤੇ ਸਥਿਤ ਨੰਦੀ ਵਰਧਨ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਨੰਦੀ ਜੀ ਵੀ ਉਸ ਸਮੇਂ ਇਸ ਪਹਾੜ ਉੱਤੇ ਸੀ। ਪਹਾੜ ਦੇ ਹਿੱਲਣ ਕਾਰਨ ਹਿਮਾਲਿਆ ਪਰਬਤ 'ਤੇ ਤਪੱਸਿਆ ਕਰ ਰਹੇ ਭਗਵਾਨ ਸ਼ਿਵ ਦੀ ਤਪੱਸਿਆ 'ਚ ਮੁਸ਼ਕਲ ਹੋਣ ਲੱਗੀ ਅਤੇ ਉਹਨਾਂ ਦੀ ਤਪੱਸਿਆ ਭੰਗ ਹੋ ਗਈ। ਨੰਦੀ ਨੂੰ ਬਚਾਉਣ ਦੇ ਲਈ ਭਗਵਾਨ ਸ਼ਿਵ ਨੇ ਆਪਣਾ ਅੰਗੂਠਾ ਹਿਮਾਲਿਆ ਤੋਂ ਅਰਬੁੜ ਪਹਾੜ ਤੱਕ ਵਧਾ ਦਿੱਤਾ, ਨਾਲ ਹੀ ਪਹਾੜ ਨੂੰ ਅੱਗੇ ਵਧਣ ਤੋਂ ਰੋਕ ਕੇ ਸਥਿਰ ਕਰ ਦਿੱਤਾ। ਇਹੀ ਕਾਰਨ ਹੈ ਕਿ ਇਹ ਵਿਸ਼ਵਾਸ ਹੈ ਕਿ ਭਗਵਾਨ ਸ਼ਿਵ ਦੇ ਅੰਗੂਠੇ ਨੇ ਅਰਬੁੜ ਪਹਾੜ ਨੂੰ ਚੁੱਕਿਆ ਹੋਇਆ। ਇਸ ਕਾਰਨ ਇਸ ਪਹਾੜ ਉੱਤੇ ਬਣੇ ਇਸ ਮੰਦਿਰ ਵਿੱਚ ਭਗਵਾਨ ਸ਼ਿਵ ਦੇ ਅੰਗੂਠੇ ਦੀ ਪੂਜਾ ਕੀਤੀ ਜਾਂਦੀ ਹੈ। ਅਚਲੇਸ਼ਵਰ ਮੰਦਿਰ ਬਹੁਤ ਹੀ ਪ੍ਰਾਚੀਨ ਮੰਦਿਰ ਹੈ। ਮੰਦਿਰ ਦੇ ਵਿਹੜੇ ਵਿੱਚ ਲਾਇਆ ਗਿਆ ਚੰਪਾ ਦਾ ਰੁੱਖ ਵੀ ਆਪਣੀ ਪੁਰਾਤਨਤਾ ਨੂੰ ਬਖੂਬੀ ਦਰਸਾਉਂਦਾ ਹੈ। ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।